तेल ज़्यादा पायो ते पानी घट ते फिर मटरी साड़ी बहुत वधिया बनेगी जिवें बाजारां दे विच मिलदी है। ये मटरी बन के मेरी तैयार हो गई कट के। मटरी किन्नी वधिया बनी है ते बन के तैयार हो गई, हुण दूजी पा लैणी सी। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਰਸੋਈ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ, ਜਿਹਦੇ 'ਚ ਤੁਹਾਨੂੰ ਅੱਜ ਸਿਖਾ ਰਹੀ ਹਾਂ ਮਟਰੀ ਬਣਾਉਣਾ। ਲੂਣੀ ਮਟਰੀ ਬਣਾਉਣਾ ਬਹੁਤ ਸੌਖੇ ਤਰੀਕੇ ਨਾਲ ਬਣਾਵਾਂਗੀ, ਤੁਹਾਨੂੰ ਸਭ ਨੂੰ ਸਿਖਾਵਾਂਗੀ। ਆਪਾਂ ਲੂਣੀ ਮਟਰੀ ਜਦੋਂ ਮਰਜ਼ੀ ਘਰ ਵਿੱਚ ਬਣਾ ਕੇ ਰੱਖ ਸਕਦੇ ਹਾਂ ਅਤੇ ਜਦੋਂ ਮਰਜ਼ੀ ਖਾ ਸਕਦੇ ਹਾਂ, ਅਤੇ ਕਿਹੜੀ ਕਿਹੜੀ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਉਹ ਮੈਂ ਤੁਹਾਨੂੰ ਸਾਰੀਆਂ ਦੱਸਦੀ ਹਾਂ। ਅਤੇ ਚਲੋ ਆਪਾਂ ਚੀਜ਼ਾਂ ਵੱਲ ਚੱਲਦੇ ਹਾਂ। ਮਟਰੀ ਬਣਾਉਣ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ। 250 ਗ੍ਰਾਮ ਮੈਦਾ ਲਿਆ, ਤੇਲ ਲਿਆ ਆਟਾ ਗੁੰਨਣ ਵਾਸਤੇ, 2 ਕੜਛੀਆਂ, ਨਮਕ ਲਿਆ, ਅਜਵੈਨ ਲਈ ਹੈ। ਅਜਵੈਨ ਤੁਸੀਂ ਪਾਣੀ ਉੱਤੇ ਪਾ ਸਕਦੇ, ਤੁਹਾਡੀ ਆਪਣੀ ਮਰਜ਼ੀ, ਤੁਸੀਂ ਜੀਰਾ ਵੀ ਪਾ ਸਕਦੇ ਹੋ। ਤੇਲ ਲਿਆ ਮੈਂ ਫਰਾਈ ਕਰਨ ਲਈ ਮਟਰੀ ਤਲਣ ਲਈ, ਅਤੇ ਪਾਣੀ ਲਿਆ ਆਪਾਂ ਆਟਾ ਗੁੰਨਣ ਲਈ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਟਾ ਗੁੰਨੇ ਹਾਂ, ਆਟਾ ਗੁੰਨ ਕੇ ਤਿਆਰ ਕਰਨੇ ਹਾਂ, ਅਤੇ ਉਸ ਤੋਂ ਬਾਅਦ ਮਟਰੀ ਬਣਾਵਾਂਗੇ। ਬਸ ਨਮਕ ਛੋਟਾ 1.5 ਚਮਚ, ਵੱਡਾ 1 ਚਮਚ, ਅਤੇ ਨਮਕ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ, ਘੱਟ ਵੱਧ ਕਰ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ। ਪਾ ਸਕਦੇ ਹੋ, ਜੀਰੇ ਨਾਲ ਵੀ ਸਵਾਦ ਬਣਦੀ ਹੈ ਮਟਰੀ। ਆਪਾਂ ਸਾਰੇ ਨੂੰ ਮਿਕਸ ਕਰ ਲੈਣਾ ਸੁੱਕੇ 'ਚ। ਹੁਣ ਆਪਾਂ ਤੇਲ ਪਾਉਂਦੇ ਹਾਂ, ਤੇਲ ਵੀ ਤੁਹਾਨੂੰ ਮੈਂ ਦੱਸ ਕੇ ਪਾਉਣੀ ਹੈ, 2 ਕੜਛੀਆਂ ਜਿਹੜੀ ਸਬਜ਼ੀ ਵਾਲੇ, ਵੱਡੇ 2 ਚਮਚ ਨੇ, 2-3 ਚਮਚ ਮੈਂ ਵੱਡੇ ਤੇਲ ਦੇ ਪਾਏ ਨੇ ਜਿਹੜੇ ਪਡੋਂਗਿਆਂ ਦੀ ਸਬਜ਼ੀ 'ਚ ਇਸਤੇਮਾਲ ਕਰਨੇ ਆ। ਅਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਆਟੇ ਨੂੰ ਹੱਥ ਦੇ ਨਾਲ ਮਿਲਾ ਲੈਂਦੀ ਹਾਂ ਮੈਂ। 250 ਗ੍ਰਾਮ ਮੈਦੇ 'ਚ 3 ਚਮਚ ਮੈਂ ਵੱਡੇ ਤੇਲ ਦੇ ਪਾਏ ਨੇ, ਕਿਉਂਕਿ ਜੇ ਤੇਲ ਜ਼ਿਆਦਾ ਹੋਏਗਾ ਤਾਂ ਫਿਰ ਸਾਡੀ ਮੱਟੀ ਬਹੁਤ ਵਧੀਆ ਬਣੇਗੀ, ਸਵਾਦ ਲੱਗੇਗੀ ਖਾਣ ਨੂੰ, ਭੁਰਮਾ ਭੁਰਮਾ ਬਣੇਗੀ ਜਿੱਦਾਂ ਭੁਰਮੀ ਬਾਜ਼ਾਰਾਂ ਦੇ ਵਿੱਚ ਮਿਲਦੀ ਹੈ। ਆਟੇ ਨੂੰ ਅਤੇ ਲੂਣ ਅਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਆਹ ਦੇਖ ਲਓ, ਹੁਣ ਆਟਾ ਸਾਡਾ ਇਕੱਠਾ ਹੋ ਗਿਆ, ਅਤੇ ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ 2-3 ਚਮਚ, ਅਤੇ ਪਾਣੀ ਦੇ ਲੱਗਣੇ, ਜ਼ਿਆਦਾ ਪਾਣੀ ਨਹੀਂ ਪਾਉਣਾ ਸਕਦਾ, ਆਟਾ ਗੁੰਨਣਾ ਆਪਣਾ ਮਟਰੀ ਦਾ। ਆਟਾ ਗੁੰਨਦੇ 2-3 ਮਿੰਟ ਹੋ ਗਏ ਨਾ, ਆਟਾ ਗੁੰਨ ਕੇ ਮਟਰੀ ਵਾਲਾ ਤਿਆਰ ਹੋ ਗਿਆ। ਅਤੇ ਜਦੋਂ ਆਪਾਂ ਮਟਰੀ ਦਾ ਆਟਾ ਗੁੰਨਣਾ, ਆਟੇ ਨੂੰ ਸਖਤ ਥੋੜ੍ਹਾ ਜਿਹਾ ਗੁੰਨਣਾ, ਅਤੇ ਇਹਦੇ 'ਚ ਮੋਮ ਜ਼ਿਆਦਾ, ਘਿਓ ਜ਼ਿਆਦਾ ਪਾਉਣਾ, ਆਪਣਾ ਤੇਲ ਪਾਓ, ਘਿਓ ਪਾਓ, ਤੇਲ ਜ਼ਿਆਦਾ ਪਾਇਓ ਅਤੇ ਪਾਣੀ ਘੱਟ, ਅਤੇ ਫਿਰ ਮਟਰੀ ਸਾਡੀ ਬਹੁਤ ਵਧੀਆ ਬਣੇਗੀ ਜਿਵੇਂ ਬਾਜ਼ਾਰਾਂ ਦੇ ਵਿੱਚ ਮਿਲਦੀ ਹੈ। ਅਤੇ ਨਾਨ ਨੂੰ ਆਪਾਂ ਮਟਰੀ ਜਦੋਂ ਗੁੰਨਣਾ, ਆਟਾ ਮਟਰੀ ਦਾ ਆਟਾ ਗੁੰਨਣਾ, ਅਤੇ ਆਟੇ ਨੂੰ ਰੋਟੀ ਵਾਂਗੂ ਨਹੀਂ ਗੁੰਨਣਾ, ਜਿਵੇਂ ਰੋਟੀ ਦਾ ਆਟਾ ਗੁੰਨ ਕੇ ਤਿਆਰ ਕਰੀਦਾ ਉਸ ਤਰ੍ਹਾਂ ਨਹੀਂ ਗੁੰਨਣਾ ਸੀ, ਇਹਨੂੰ ਹੱਥਾਂ ਨਾਲ ਉਂਗਲਾਂ ਨਾਲ ਗੁੰਨਣਾ। ਇਹ ਦੇਖ ਲਓ, ਆਟਾ ਇਵੇਂ ਦਾ ਹੋਣਾ ਚਾਹੀਦਾ, ਖਿੜਿਆ ਖਿੜਿਆ ਆਟਾ ਹੋਣਾ ਚਾਹੀਦਾ, ਫਿਰ ਸਾਡੀ ਮਟਰੀ ਵਧੀਆ ਬਣੇਗੀ। ਹਾਂ, ਅਤੇ ਆਟਾ ਤਿਆਰ ਹੋ ਗਿਆ, ਆਟਾ ਗੁੰਨ ਕੇ ਰੱਖ ਲਿਆ। ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੂ ਕੀ ਕਰਨਾ। 2-4 ਮਿੰਟ ਰੱਖਣੇ ਆ। ਹੁਣ ਅਸੀਂ ਮਟਰੀ ਨੂੰ ਕੱਟ ਕੇ ਰੱਖ ਲੈਂਦੇ ਹਾਂ। ਇੱਕ ਚੱਕਲਾ ਵੇਲਾ ਲੈ ਲਓ, ਚੱਕਲਾ ਲੈ ਕੇ ਆਪਾਂ ਹੁਣ ਅਜੇ 2 ਜਿਵੇਂ ਮੋਟੀ ਬਣਾਉਣੀ ਕਿ ਪਤਲੀ, ਤੁਹਾਨੂੰ ਮੈਂ ਦੱਸਦੀ ਹਾਂ। 2 ਪੇੜੇ ਅਤੇ 1 ਪੇੜਾ ਮੈਂ ਰੱਖ ਲੈਂਦੀ, ਪਹਿਲਾਂ 1 ਇਸਤੇਮਾਲ ਕਰਨੀ ਆ, ਜ਼ਿਆਦਾ ਪੇੜਾ ਨਹੀਂ ਕਰਨਾ, ਜੇ ਰੋਟੀ ਵਾਂਗੂ ਨਹੀਂ ਇਕੱਠਾ ਕਰਨਾ, ਇਹਨੂੰ ਚੌੜਾ ਚੌੜਾ ਕਰਨਾ ਹੈ, ਦਬਾਉਣਾ। ਚੱਕਲੇ ਵੇਲ ਲੈਣਾ, ਅਸੀਂ ਵੇਲ ਲੈਣਾ। ਆਹ ਟਿਸ਼ੂ ਪੇਪਰ ਲੈ ਲਿਆ ਪਲੇਟ ਦੇ ਉੱਪਰ, ਅਤੇ ਟਿਸ਼ੂ ਪੇਪਰ ਉੱਪਰ ਰੱਖ ਲਾਂਗੇ ਅਸੀਂ ਕੱਟ ਕੇ ਨਾ ਮਟਰੀ ਨੂੰ, ਉਹਦੇ ਉੱਪਰ ਰੱਖ ਲਾਂਗੇ, ਵਿਛਾ ਲਾਂਗੇ। ਫਿਰ ਉਹਨੂੰ 2-4 ਮਿੰਟ ਰੱਖ ਕੇ ਕੱਟ ਕੇ ਰੱਖ ਕੇ ਅਤੇ ਥੋੜ੍ਹੀ ਠੰਡੀ ਹੋ ਜਾਏਗੀ, ਫਿਰ ਆਪਾਂ ਨੂੰ ਫਰਾਈ ਕਰਨੀ ਆ ਕਰਾਂਗੇ। ਬਿਲਕੁਲ ਪਤਲੀ ਕਰਨੀ ਹੈ, ਬਹੁਤੀ ਮੋਟੀ ਨਹੀਂ ਰੱਖਣੀ। ਰੋਟੀ ਮੈਂ ਵੇਲ ਲਈ ਮਟਰੀ ਕੱਟਣ ਵਾਸਤੇ, ਹੁਣ ਮੈਂ ਇਹਦੇ 2 ਹਿੱਸੇ ਕਰ ਲੈਂਦੀ ਹਾਂ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਪਤਲਾ ਕਰਾਂਗੀ ਅਤੇ ਫਿਰ ਮਟਰੀ ਕੱਟਾਂਗੀ। ਕੱਟਣਾ ਨਾ ਪੀਜ਼ਾ ਕੱਟਣਾ, ਮੈਂ 2 ਹਿੱਸੇ ਕਰਕੇ ਰੱਖ ਲੈਂਦੀ, ਦੇਖ ਲਓ
ਤੇ ਦੋ ਹਿੱਸੇ ਰੱਖ ਲਏ। ਹੁਣ ਮੈਂ ਇਸ ਤੋਂ ਬਾਅਦ ਇਹਨੂੰ ਥੋੜ੍ਹੀ ਪਤਲੀ ਕਰ ਲਵਾਂਗੀ, ਥੋੜ੍ਹੀ ਮੋਟੀ ਹੈ ਹੋਰ ਪਤਲੀ ਕਰਾਂਗੀ। ਫਿਰ ਪੂਰੀ ਹੁਣ ਵੇਲਣੇ ਅਤੇ ਵੇਲ ਕੇ ਪਤਲੀ ਕਰਕੇ ਫਿਰ ਕੱਟਣੇ ਆ। ਇੰਨੀ ਪਤਲੀ, ਜ਼ਿਆਦਾ ਮੋਟੀ ਨਹੀਂ ਰੱਖਣੀ। ਅਤੇ ਹੁਣ ਆਪਾਂ ਇਹਦੇ ਪੀਸ ਕੱਟਣੇ ਆ, ਲੰਬੇ ਕੱਟਣੇ ਛੋਟੇ ਕੱਟਣੇ ਤੁਹਾਡੇ ਆਪਣੀ ਮਨਪਸੰਦ ਦੇ। ਮਟਰੀ ਬਣ ਕੇ ਮੇਰੀ ਤਿਆਰ ਹੋ ਗਈ ਕੱਟ ਕੇ, ਅਤੇ ਹੁਣ ਆਪਾਂ ਨੇ ਤਲਣ ਦੀ ਤਿਆਰੀ ਕਰਨੀ ਆ। ਮਟਰੀ ਅਸੀਂ ਤਲਣ ਲਈ ਤੇਲ ਪਾ ਲਿਆ ਅਤੇ ਆਪਾਂ ਨੂੰ ਚਲਾ ਲਿਆ, ਅਤੇ ਗਰਮ ਹੁੰਦਾ ਤਾਂ ਫਿਰ ਮਟਰੀ ਪਾਉਂਦੇ ਹਾਂ। ਤੇਲ ਸਾਡਾ ਗਰਮ ਹੋ ਚੱਲਿਆ, ਇੱਕ ਪੀਸ ਪਾ ਕੇ ਦੇ ਲੈਂਦੇ ਹਾਂ। ਤੇਲ ਗਰਮ ਹੋ ਗਿਆ, ਥੋੜ੍ਹੀ ਥੋੜ੍ਹੀ ਪਾ ਕੇ ਹੱਥ ਉੱਪਰ ਰੱਖਣਾ, ਆਪਣੇ ਹੱਥ ਚਿੱਟੇ ਨਾ ਪੈਣ, ਚਿੱਟੇ ਬਹੁਤ ਜਲਦੀ ਪੈਂਦੇ ਨੇ। ਕੋਈ ਚੀਜ਼ ਫਰਾਈ ਕਰੋ ਤੁਹਾਨੂੰ ਪਤਾ ਤੇਲ ਦੇ ਵਿੱਚ ਚਿੱਟੇ ਪੈ ਜਾਂਦੇ ਆ। ਦੋ ਫੂਟ ਕਰਾਂਗੇ ਅਸੀਂ ਦੋਸਤਾਂ ਦੇ ਕੜਛੀ ਨੂੰ ਪੋਣੀ ਨੂੰ ਅਤੇ ਨਾਲ ਲਾਈ ਜਾਣੇ ਨੇ ਸਾਡੇ, ਕੱਚੇ ਪੱਕੇ ਹੋ ਜਾਣੇ ਸੀ, ਕੱਚੇ ਪੱਕੇ ਅੱਧੇ ਚਿੱਟੇ ਅੱਧੇ ਲਾਲ ਹੋ ਜਾਣਾ, ਉਹ ਨਹੀਂ ਹੋਣੇ ਚਾਹੀਦੇ। ਮਟਰ ਇੱਕ ਬਰਾਬਰ ਹੋਣੇ ਚਾਹੀਦੇ ਲਾਲ, ਉਹਦਾ ਕਲਰ ਇੱਕੋ ਵਰਗਾ ਹੋਣਾ ਚਾਹੀਦਾ, ਅਤੇ ਫਿਰ ਮਟਰੀ ਦਾ ਪਤਾ ਲੱਗਦਾ ਵੀ ਆਪਣੀ ਬਾਜ਼ਾਰ ਦੀ ਮਟਰੀ, ਪਤਾ ਨਹੀਂ ਹੋਣਾ ਚਾਹੀਦਾ ਘਰ ਦੀ ਮਟਰੀ ਕਿ ਬਾਜ਼ਾਰੀ, ਇੱਦਾਂ ਦੀ ਮਟਰੀ ਬਣਾਓ। ਆਪਾਂ ਲਾਈ ਜਾਂਦੇ ਹਾਂ ਦੇਖੋ ਤੇਲ, ਜਿਵੇਂ ਲਾਉਣੇ ਨਹੀਂ ਅਤੇ ਲਾ ਲਾ ਕੇ ਨਾ ਇੱਕਦਮ ਪੱਕਣੇ, ਚਲੋ ਪਾਣੀ ਕੱਢ ਦਿੰਦੇ ਹਾਂ ਅਤੇ ਜਦ ਵੀ ਲਾਲ ਕਰਨੇ ਪਾਓ, ਬਹੁਤੇ ਨਹੀਂ ਲਾਲ ਕਰਨੇ, ਸਾੜਨੇ ਵੀ ਹੈਗੇ ਇਹਨੂੰ। ਆ ਦੇਖ ਜੇ ਮੱਠੀਆਂ ਦੇ ਰੰਗ ਵਾਲੇ ਅੱਗੇ ਬਣਾਉਣੇ ਨੇ, ਆਹ ਮੈਂ ਲੱਲੀ ਪੋਣੀ, ਪੋਣੀ ਦੇ ਵਿੱਚ ਪਾ ਲੈਣੀ ਤੇਲ ਜਿਹੜਾ ਐਕਸਟਰਾ ਸਾਰਾ ਡਿੱਗ ਜਾਏਗਾ ਥੱਲੇ, ਅਤੇ ਤੇਲ ਸਾਰਾ ਨੱਚ ਚੜ ਗਿਆ। ਮਟਰੀ ਕਿੰਨੀ ਵਧੀਆ ਬਣੀ ਹੈ ਅਤੇ ਬਣ ਕੇ ਤਿਆਰ ਹੋ ਗਈ, ਹੁਣ ਦੂਜੀ ਵੀ ਪਾ ਲੈਣੀ ਸੀ। ਤੁਸੀਂ ਇਸ ਤੋਂ ਪਤਲੀ ਵੀ ਬਣਾ ਸਕਦੇ ਹੋ, ਫਿਰ ਬਹੁਤੀ ਜਿਹੜੀ ਪਤਲੀ ਹੋਏਗੀ ਬਹੁਤੀ ਭੁਰਦੀ, ਬਹੁਤ ਗਰਮ ਹੈ, ਦੇਖੋ ਕਿੰਨੀ ਵਧੀਆ ਬਣੀ ਮਟਰੀ, ਕਿੰਨੀ ਵਧੀਆ ਬਣ ਰਹੀ ਵੀ ਬਣੀ ਨਾ, ਕਿੰਨੀ ਵਧੀਆ ਲੰਬੀ ਲੰਬੀ ਬਣਾਈ ਹੈ, ਅਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ। ਅਤੇ ਮੈਂ ਦੇਖ ਪਾਉਂਦੇ ਫਿਰ ਆਪਾਂ ਖਾਣ ਲਈ ਤਿਆਰ ਹੋ ਗਈ ਮਟਰੀ ਸਾਡੀ। ਦੇਖ ਲਓ ਕਿੰਨੀ ਵਧੀਆ ਮਟਰੀ ਬਣੀ, ਮਟਰੀ ਬਣ ਕੇ ਤਿਆਰ ਹੋ ਗਈ ਮੇਰੀ, ਅਤੇ ਜ਼ਰੂਰ ਤੁਸੀਂ ਘਰ ਦੇ ਵਿੱਚ ਬਣਾਓ, ਆਪ ਵੀ ਖਾਓ, ਆਪਣੇ ਬੱਚਿਆਂ ਨੂੰ ਖਵਾਓ। ਅਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਈ ਤਾਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਦੇ ਆਪਾਂ ਅਗਲੀ ਵੀਡੀਓ ਨਾਲ, ਸਤਿ ਸ਼੍ਰੀ ਅਕਾਲ।